ਸਤਿ ਸ਼੍ਰੀ ਅਕਾਲ ਜੀ, ਜਸ ਪੰਜਾਬੀ ਤੇ ਪੰਜਾਬ ਬੋਲਦਾ ਵੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਕੁਲਵਿੰਦਰ ਸਿੰਘ ਤੇ ਇਸ ਵੇਲੇ ਮੋਹਾਲੀ ਦੇ ਵਿੱਚ ਅਸੀਂ ਮੌਜੂਦ ਹਾਂ ਜੀ। ਗੱਲਬਾਤ ਅਸੀਂ ਅੱਜ ਕਰਨ ਜਾ ਰਹੇ ਹਾਂ ਨੌਜਵਾਨਾਂ ਦੇ ਨਾਲ ਕਿ ਪਿਆਰ ਦੇ ਬਾਰੇ ਉਹ ਕੀ ਸੋਚਦੇ ਨੇ, ਕਿਉਂਕਿ ਦਰਅਸਲ ਪ੍ਰੋਗਰਾਮ ਜਦੋਂ ਅਸੀਂ ਇਹ ਸ਼ੂਟ ਕਰ ਰਹੇ ਹਾਂ ਤਾਂ ਅੱਜ ਵੈਲੈਂਟਾਈਨ ਡੇ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਲੈ ਕੇ ਨੌਜਵਾਨਾਂ ਨੂੰ ਕੀ ਕੁਝ ਜਾਣਕਾਰੀ ਹੈ ਕਿ ਇਸ ਨੂੰ ਮਨਾਉਂਦੇ ਕਿਉਂ ਨੇ ਅਤੇ ਇਸ ਬਾਰੇ ਕੀ ਵਿਚਾਰ ਨੇ ਉਹਨਾਂ ਦੇ, ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਅਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਨਾਲ ਉਹ ਆਪਣਾ ਵੈਲੈਂਟਾਈਨ ਡੇ ਜਿਹੜਾ ਹੈ ਉਹ ਮਨਾ ਰਹੇ ਨੇ। ਅਤੇ ਆਓ ਚੱਲਦੇ ਹਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਤੇ ਵੈਲੈਂਟਾਈਨ ਡੇ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਜੀ ਨੌਜਵਾਨਾਂ ਦੇ ਨਾਲ, ਕੁਝ ਨੌਜਵਾਨ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਕਿ ਵੈਲੈਂਟਾਈਨ ਡੇ ਨੂੰ ਲੈ ਕੇ ਉਹ ਕੀ ਵਿਚਾਰ ਰੱਖਦੇ ਨੇ, ਕੀ ਸੋਚਦੇ ਨੇ। ਭਾਅ ਜੀ ਕੀ ਨਾਮ ਤੁਹਾਡਾ? ਸਰ ਆਪਣਾ ਨਾਮ ਹਰਜਿੰਦਰ ਸਿੰਘ ਹੈ। ਹਰਜਿੰਦਰ, ਤੁਸੀਂ ਦੱਸੋ ਵੈਲੈਂਟਾਈਨ ਡੇ ਦੇ ਬਾਰੇ ਕੀ ਸੋਚਦੇ ਹੋ? ਸਰ ਜੋ ਆਪਣਾ ਵੈਲੈਂਟਾਈਨ ਡੇ ਹੈ ਇਹ ਸਰ ਆਪਣਾ ਇਸ ਟਾਈਮ 'ਚ ਇੱਥੇ ਯੂਥ 'ਚ ਇੱਥੇ ਆਪਣਾ ਤਿਉਹਾਰ ਨਹੀਂ ਹੈਗਾ। ਇਹ ਸਰ ਬਾਹਰ ਗੋਰਿਆਂ ਦੇ ਟਾਈਮ ਦਾ, ਉਸ ਟਾਈਮ ਇਹ ਬ੍ਰਿਟਿਸ਼ ਸਰਕਾਰ ਉਸ ਟਾਈਮ ਮਨਾਇਆ ਕਰਦੇ ਤੇ, ਇਹ ਹੁਣ ਆਪਣੇ ਜੋ ਨੌਜਵਾਨ ਹੈ ਉਹਨਾਂ ਨੇ ਸਭ ਨੇ ਇਹ ਇੱਥੇ ਆਪਣੇ ਲਾ ਲਿਆ ਕਿ ਹਾਂ ਕਿ ਕੋਈ ਕੁੜੀ ਹੈ ਕਿ ਇਹ ਦਿਨ ਹੈ ਵੈਲੈਂਟਾਈਨ ਡੇ, ਕਿਸੇ ਦਿਨ ਪ੍ਰਪੋਜ਼ ਕਰਨਾ। ਸਰ ਪਿਆਰ ਦਾ ਕੋਈ ਦਿਨ ਨਹੀਂ ਹੁੰਦਾ, ਜੋ ਬੰਦਾ ਕੋਈ ਪਿਆਰ ਕਰਦਾ ਕਿਸੇ ਵੀ ਦਿਨ ਆਪਣਾ ਇਜ਼ਹਾਰ ਕਰ ਸਕਦਾ, ਕੋਈ ਗੱਲ ਨਹੀਂ ਹੈ ਜੋ ਪਿਆਰ ਕਰਦੇ ਨੇ। ਇਹ ਪੱਛਮੀ ਸੱਭਿਆਚਾਰ ਸੀਗਾ ਹੈ ਨਾ, ਸਾਡਾ ਸੱਭਿਆਚਾਰ ਦਾ ਹਿੱਸਾ ਨਹੀਂ ਸੀਗਾ ਮਤਲਬ ਵੈਲੈਂਟਾਈਨ ਡੇ। ਹਾਂਜੀ ਸਰ, ਇਹ ਪੱਛਮੀ ਸੱਭਿਆਚਾਰ ਸੀ, ਇਹ ਆਪਣਾ ਤਿਉਹਾਰ ਨਹੀਂ ਹੈਗਾ। ਪਰ ਸਰ ਬਹੁਤ ਮੁੰਡੇ ਅੱਜ ਕੱਲ੍ਹ ਭੜਕੇ ਹੋਏ ਨੇ ਜੋ ਕਿ ਹਾਂ ਗਲਤ ਪਾਸੇ ਲੱਗ ਰਹੇ ਨੇ। ਇਹ ਆਪਾਂ ਕਾਲਜ ਜਾਂਦੇ ਹਾਂ, ਆਪਾਂ ਪੜ੍ਹਨ ਲਈ ਆਉਂਦੇ ਹਾਂ, ਪਰ ਨਹੀਂ ਅੱਜ ਕੱਲ੍ਹ ਦੇ ਮੁੰਡੇ ਕੀ ਆ ਕੁੜੀਆਂ ਦੇ ਪਿੱਛੇ ਲੱਗ ਕੇ ਕੁਛ ਨਾ ਕੁਛ ਇੱਦਾਂ ਗਲਤ ਮਲਤ ਹਰਕਤਾਂ ਕਰਦੇ ਨੇ, ਉਹ ਆਪਣਾ ਪਿਛੋਕੜ ਭੁੱਲਦੇ ਜਾ ਰਹੇ ਆ। ਅੱਜ ਦੇ ਦਿਨ ਜੋ ਆਪਣੇ ਭਗਤ ਸਿੰਘ ਜੀ ਸੀ ਉਹਨਾਂ ਨੂੰ ਅੱਜ ਦੇ ਦਿਨ ਫਾਂਸੀ ਦੇ ਆਰਡਰ ਹੋਏ ਸੀ, ਇਹ ਕਿਸੇ ਨੂੰ ਵੀ ਯੂਥ ਨੂੰ ਅੱਜ ਕੱਲ੍ਹ ਯਾਦ ਨਹੀਂ। ਕਿਸੇ ਨੂੰ ਵੀ ਪੁੱਛ ਲਓ ਤੁਸੀਂ ਜਾ ਕੇ ਇਸ ਬਾਰੇ, ਕਿਸੇ ਨੂੰ ਕੋਈ ਹੋਰ ਜ਼ਿੰਦਗੀ 'ਚ ਅਹਿਮ ਚੀਜ਼ਾਂ ਨੇ ਉਹ ਅਸੀਂ ਭੁੱਲਦੇ ਜਾ ਰਹੇ ਹਾਂ, ਬਾਕੀ ਪਿਆਰ ਦਾ ਇਜ਼ਹਾਰ ਕਰਨ ਦਾ ਕੋਈ ਦਿਨ ਨਹੀਂ ਹੁੰਦਾ। ਜੀ ਸਰ, ਇਹਦਾ ਕੋਈ ਦਿਨ ਨਹੀਂ ਹੁੰਦਾ ਹੈ। ਇਸ ਬਾਰੇ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਇਹਦਾ ਇਹ ਪੱਕਾ ਦਿਨ ਨਹੀਂ ਕਿ ਹਾਂ ਅੱਜ ਹੀ ਪਿਆਰ ਦਾ, ਕਿ ਅੱਜ ਹੀ ਪ੍ਰਪੋਜ਼ ਕਰੋ, ਕਿ ਅੱਜ ਹੀ ਅੱਜ ਦੇ ਕਦੇ ਵੀ ਆਪਾਂ ਕਰ ਸਕਦੇ ਹਾਂ। ਸਰ ਪਿਆਰ ਇੱਕ ਸਾਡੇ ਇੱਧਰ ਮਤਲਬ ਭੇਡ ਚਾਲ ਜੀ ਹੋ ਗਈ ਲੋਕਾਂ ਦੇ ਵਿੱਚ ਇਸ ਦਿਨ। ਜੀ ਸਰ, ਇਹ ਬਸ ਭੇਡ ਚਾਲ ਚੱਲ ਰਹੀ ਹੈ ਸਰ, ਹੋਰ ਕੁਛ ਨਹੀਂ। ਉਹਨਾਂ ਦਾ ਵੀ ਪਿਆਰ ਵਾਲੀ ਗੱਲ ਰਹੀ ਨਹੀਂ ਕਿ ਪਿਆਰ ਜਿਸ ਤਰੀਕੇ ਨਾਲ ਪੱਕਾ ਵਾਅਦਾ ਹੋਣਾ ਚਾਹੀਦਾ ਹੈ ਨਾ, ਹੈ ਨਾ, ਉਹ ਚੀਜ਼ਾਂ ਨਹੀਂ ਰਹੀਆਂ ਸਰ। ਹੁਣ ਕੋਈ ਅਜਿਹੀਆਂ ਗੱਲਾਂ ਨਹੀਂ ਰਹੀਆਂ ਹੈਗੀਆਂ। ਅੱਜ ਕੱਲ੍ਹ ਸਭ ਆਪਣੇ ਘਰਦਿਆਂ ਨੂੰ ਧੋਖਾ ਦੇ ਕੇ ਬਾਹਰ ਬਸ ਕਿਸੇ ਮੌਲਾਂ 'ਚ ਘੁੰਮ ਰਹੇ ਨੇ, ਬਾਹਰ ਪਾਰਕਾਂ 'ਚ ਸੋਚੇਬਾਜ਼ੀ ਹੋ ਰਹੀ ਹੈ ਸਰ। ਇਹ ਕੋਈ ਪਿਆਰ ਨਹੀਂ, ਆਪਣੇ ਤੱਕ ਸੀਮਿਤ ਹੋ ਗਿਆ, ਆਪਣੇ ਤੱਕ ਸੀਮਿਤ ਹੋ ਗਿਆ ਸਰ। ਪਿਆਰ ਤਾਂ ਸੱਚ ਹੈ, ਤੁਹਾਨੂੰ ਲੱਗਦਾ ਅੱਜ ਦਾ ਪਿਆਰ ਸੱਚਾ ਹੁੰਦਾ? ਸਰ ਨਹੀਂ, ਕੁਛ ਹੱਦ ਤੱਕ ਕੁਛ ਹੈ ਵੀ ਨੌਜਵਾਨ ਜੋ ਹਾਂ ਸਹੀ ਰਸਤੇ ਜੋ ਹਾਂ ਅੱਗੇ ਤੱਕ ਜਾਂਦੇ ਆ, ਪੂਰਾ ਨਿਭਾਉਂਦੇ ਆ, ਪਰ ਜ਼ਿਆਦਾਤਰ ਸਰ ਸੋਚੇਬਾਜ਼ੀ ਰਹਿ ਗਈ। ਤੁਹਾਡਾ ਕੀ ਨਾਂ ਹੈ? ਅਮਨਦੀਪ ਸਿੰਘ ਜੀ। ਤੁਸੀਂ ਦੱਸੋ ਵੈਲੈਂਟਾਈਨ ਡੇ ਦੇ ਬਾਰੇ ਤੁਸੀਂ ਕੀ ਸੋਚਦੇ? ਯਾਰ ਮੈਂ ਤਾਂ ਇਹ ਕਹਿਣਾ ਚਾਹੁੰਦਾ ਮਤਲਬ ਵੀ ਇਹਨਾਂ ਨੂੰ ਡੇ ਯਾਦ ਨੇ ਵੀ ਅੱਜ ਇਹ ਡੇ ਆ, ਅੱਜ ਇਹ ਡੇ ਆ। ਇਹਨਾਂ ਨੂੰ ਇਹ ਯਾਦ ਨਹੀਂ ਹੈ ਵੀ 14 ਫਰਵਰੀ ਵਾਲੇ ਦਿਨ ਹੋਇਆ ਕੀ ਸੀ, ਆਪਣੇ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੂੰ ਅੱਜ ਸਾਲ ਹੋ ਗਿਆ, ਇਹਨਾਂ ਨੂੰ ਆਹ ਯਾਦ ਨਹੀਂ ਹੈ ਪੁਲਵਾਮਾ ਦੇ ਸ਼ਹੀਦਾਂ ਨੂੰ ਇੱਕ ਸਾਲ ਹੋ ਗਿਆ। ਇਹਨੂੰ ਆਹ ਯਾਦ ਨਹੀਂ ਹੈ, ਇਹਨਾਂ ਨੂੰ ਆਹ ਯਾਦ ਆ ਵੀ ਹਾਂ ਅੱਜ ਰੋਜ਼ ਡੇ ਹੈ, ਚੋਕਲੇਟ ਡੇ ਹੈ, ਅੱਜ ਪ੍ਰਬੋਸ ਡੇ ਹੈ। ਫਾਇਦੇ ਕਹਿੰਦੇ ਗੱਲਾਂ 'ਚ ਘਰਾਂ 'ਤੇ ਕਿਸੇ ਵਜ੍ਹਾ ਪਿੱਛੇ ਘਰਾਂ ਕਹਿੰਦੇ ਹੋਵੋਗੇ ਵੀ ਹਾਂ ਸਾਨੂੰ ਇੱਦਾਂ ਖਰਚਾ ਦਿਉ, ਇੱਥੇ ਆ ਕੇ ਮੋਲਾਂ 'ਚ ਜਾਂ ਪਾਰਕਾਂ 'ਚ ਕਿੱਥੇ ਵੀ ਜਾ ਰਹੇ ਹਾਂ, ਉਹਨੂੰ ਮਨੀ ਨੂੰ ਸੇਵ ਵੀ ਕਰ ਸਕਦੇ ਨੇ, ਅੱਗੇ ਜਨਰੇਸ਼ਨ ਕੰਮ ਕਰ ਸਕਦੀ ਹੈ ਮਨੀ 'ਤੇ ਅੱਗੇ ਦੀ। ਸ਼ੋਸ਼ੇਬਾਜ਼ੀ ਜ਼ਿਆਦਾ ਹੋ ਗਈ ਨਾ ਚੀਜ਼ਾਂ? ਹਾਂ ਜ਼ਿਆਦਾ ਹੋ ਗਈ, ਮੇਰੀ ਮੈਂ ਕਹਿੰਦਾ ਵੀ ਜ਼ਿਆਦਾ ਹੋ ਗਈ, ਬਾਕੀ ਅੱਗੇ ਪਤਾ ਨਹੀਂ ਕਹਿ ਵੀ ਸਕਦੇ ਨੇ। ਵੈਸੇ ਤੁਹਾਨੂੰ ਕੀ ਲੱਗਦਾ ਵੀ ਅੱਜ ਦੇ ਟਾਈਮ 'ਚ ਜਿਹੜਾ ਪਿਆਰ ਹੈ ਉਹ ਲੱਗਦਾ ਵੀ ਉਹ ਸੱਚਾ ਪਿਆਰ ਹੁੰਦਾ, ਜਾਂ ਤੁਹਾਨੂੰ ਲੱਗਦਾ ਕਿ ਚੀਜ਼ਾਂ ਬਦਲ ਗਈਆਂ ਨੇ ਪਹਿਲਾਂ? ਯਾਰ ਪਿਆਰ ਦਾ ਇਜ਼ਹਾਰ ਕਰਨ ਨੂੰ ਕੋਈ ਦਿਨ ਨਹੀਂ ਦੇਖਣਾ ਚਾਹੀਦਾ ਵੀ ਅੱਜ ਪ੍ਰਪੋਜ਼ ਦਿੱਤਾ, ਅੱਜ ਪ੍ਰਪੋਜ਼ ਕਰਨਾ, ਜਾਂ ਉਹ ਜਦੋਂ ਵੀ ਕਰ ਸਕਦੇ ਆ, ਜਿਹਦੇ ਦਿਲ ਵਿੱਚ ਪਿਆਰ ਹੈ ਨਾ ਉਹ ਕਦੋਂ ਵੀ ਕਰ ਸਕਦਾ ਉਹਦਾ ਪ੍ਰਪੋਜ਼ ਮਤਲਬ ਇਜ਼ਹਾਰ। ਹਾਂ ਬਾਕੀ ਪੰਛ ਮੈਂ ਤਾਂ ਇਹ ਕਹਿਣਾ ਚਾਹੁੰਦਾ। ਇਹ ਦੱਸੋ ਇੱਕ ਨਾ, ਅੱਜ ਕੱਲ੍ਹ ਕਈ ਲੋਕ ਵਿਰੋਧ ਵੀ ਕਰਦੇ ਆ, ਚਲੋ ਜੇ ਕੋਈ ਮਨਾਉਂਦਾ ਵੀ ਹੈ ਕਿਸੇ ਦਾ ਦਿਲ ਹੈ ਉਹਨੂੰ ਮਨਾਉਣਾ ਚਾਹੀਦਾ ਹੈ, ਪਰ ਕੁਝ ਲੋਕ ਅਸੀਂ ਦੇਖਦੇ ਹਾਂ ਪਾਰਕਾਂ 'ਚ ਜਾ ਕੇ ਮੁੰਡੇ ਕੁੜੀਆਂ ਨੂੰ ਪਰੇਸ਼ਾਨ ਵੀ ਕਰਦੇ ਆ, ਜੇ ਕੋਈ ਬੈਠਾ ਹੈ ਕਿਸੇ ਨਾਲ ਗੱਲਬਾਤ ਕਰ ਰਿਹਾ, ਤੁਹਾਨੂੰ ਲੱਗਦਾ ਇਹ ਹਰਕਤਾਂ ਠੀਕ ਨਹੀਂ ਜਾਂ ਤੁਹਾਨੂੰ ਲੱਗਦਾ ਇੱਦਾਂ ਨਹੀਂ ਹੋਣਾ ਚਾਹੀਦਾ? ਜੇ ਕੋਈ ਕਿਸੇ ਨਾਲ ਗੱਲ ਕਰ ਰਿਹਾ ਤਾਂ ਪਰੇਸ਼ਾਨ ਨਹੀਂ ਕਰਨਾ? ਇਹਦਾ ਸਰ ਬਿਲਕੁਲ ਗਲਤ ਗੱਲ ਹੈ, ਇਹ ਤਾਂ ਆਪਾਂ ਕਿਸੇ ਨੂੰ ਤੰਗ ਕਰ ਰਹੇ ਹਾਂ, ਆਪਣੇ ਵੀ ਘਰੇ ਆਪਣੇ ਵੀ ਭੈਣਾਂ ਨੇ, ਅੱਗੇ ਉਹਨਾਂ ਨੂੰ ਵੀ ਉਹ ਵੀ ਸੋਚਣਾ ਚਾਹੀਦਾ ਕਿ ਹਾਂ ਅੱਗੇ ਉਹਨਾਂ ਨਾਲ ਵੀ ਕੋਈ ਇੱਦਾਂ ਦੀ ਹਰਕਤ ਹੋ ਸਕਦੀ ਹੈ, ਇਸ ਕਰਕੇ ਸਭ ਕੁਝ ਧਿਆਨ ਕਰਕੇ ਸਰ ਇੱਦਾਂ। ਆਪਣਾ ਵਿਚਾਰ ਹੋ ਸਕਦਾ ਵੀ ਤੁਸੀਂ ਨਹੀਂ ਮਨਾਉਣਾ, ਪਰ ਜੇਕਰ ਕਿਸੇ ਹੋਰ ਦੀ ਇੱਛਾ ਹੈ ਮਤਲਬ ਉਹਦੇ 'ਚ ਕੋਈ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਜਿਵੇਂ ਅਸੀਂ ਦੇਖਿਆ ਕਈ ਲੋਕ ਚਲੇ ਜਾਂਦੇ ਆ ਪਾਰਕਾਂ 'ਚ, ਉਹ ਮੁੰਡੇ ਕੁੜੀਆਂ ਨੂੰ ਜਾ ਕੇ ਰੋਕਦੇ ਆ, ਤੰਗ ਕਰਦੇ ਆ, ਤੁਹਾਨੂੰ ਲੱਗਦਾ ਇਹ ਗਲਤ ਚੀਜ਼ ਹੈ? ਵੈਸੇ ਗਲਤ ਹੈ, ਸਹਿਮਤੀ ਨਾਲ ਹੋਣਾ ਚਾਹੀਦਾ, ਜੇ ਕੋਈ ਕਿਸੇ ਸਹਿਮਤ ਹੈ ਤਾਂ ਤੁਹਾਨੂੰ ਉਹਦੇ ਵਿੱਚ ਪ੍ਰਾਈਵੇਟ ਲਾਈਫ ਹੁੰਦੀ, ਆਪਾਂ ਕੋਈ ਦਖਲ ਦੇਣ ਵਾਲੇ ਕੁਛ ਹੁੰਦੇ ਨਹੀਂ। ਸਮਝਾਉਣਾ ਸਾਡਾ ਫਰਜ਼ ਹੈ, ਵੈਸੇ ਸਮਝਾਉਣਾ ਸਾਡਾ ਫਰਜ਼ ਹੈ,
ਕੋਈ ਆਪਣਾ ਪਾਰਕ ਚ ਸਰਿਆਮ ਬੈਠੇ ਪੁੱਠੇ ਸਿੱਧੇ ਹਰਕਤਾਂ ਕਰੀ ਜਾਂਦੇ ਆ। ਅੱਜ ਕੱਲ ਇੱਕ ਕਿਹਾ ਜਾਂਦਾ ਵੀ ਅੱਜ ਕੱਲ ਵਾਲੇ ਲੋਕ ਜਿਹੜੇ ਸੱਚਾ ਪਿਆਰ ਨਹੀਂ ਕਰਦੇ, ਤੁਸੀਂ ਮੰਨਦੇ ਹੋ? ਨਹੀਂ, ਇਹ ਤਾਂ ਤਰ੍ਹਾਂ ਝੂਠੀ ਹੋ ਹੈ, ਕੋਈ ਹੋ ਹੈ ਜੀ। ਬਾਕੀ ਜਿਹੜੇ ਪਾਰਕਾਂ ਪੂਰਕਾਂ ਚ ਆਏ ਆ ਇਹ ਤਾਂ ਵੈਸੇ ਸ਼ੋਸ਼ੇਬਾਜ਼ੀ ਹੈ ਜੀ। ਇਹ ਪਿਆਰ ਦਾ ਜੀ ਖਰਚਾ ਪਿਆਰ ਬਾਰੇ ਦੱਸੋ, ਤੁਹਾਨੂੰ ਲੱਗਦਾ ਵੀ ਪਿਆਰ ਲੋਕ ਕਰਦੇ ਅੱਜ ਕੱਲ੍ਹ, ਤੁਹਾਨੂੰ ਲੱਗਦਾ ਸਿਰਫ ਟਾਈਮ ਪਾਸ ਹੈ? ਹੁਣ ਥਾਂ ਵੀ ਹੋਣੀ ਚਾਹੀਦੀ ਹੈ ਪਿਆਰ ਕਰਨ ਲਈ, ਕੋਈ ਪੱਕੀ ਥਾਂ ਤਾਂ ਹੁੰਦੀ ਨੀ, ਕੋਈ ਬੰਦਾ ਪਾਰਕ ਚ ਵੀ, ਪਰ ਗੱਲ ਇਹ ਵੀ ਤੁਹਾਨੂੰ ਇੱਕ ਮਰਿਆਦਾ ਚ ਰਹਿਣਾ ਚਾਹੀਦਾ। ਹਾਂ, ਮਰਿਆਦਾ ਚ ਰਹਿਣਾ, ਘਰ ਦੀ ਇੱਜ਼ਤ ਮਾਨ ਰੱਖੋ ਨਾ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਕੁਝ ਹੋਰ ਨੌਜਵਾਨਾਂ ਨਾਲ ਗੱਲਬਾਤ ਅਸੀਂ ਕਰਾਂਗੇ ਜੀ, ਵੈਲੰਟਾਈਨ ਡੇ ਨੂੰ ਲੈ ਕੇ ਮਨਾਉਂਦੇ ਨੇ ਲੋਕ, ਕਿਸ ਤਰੀਕੇ ਮਨਾ ਰਹੇ ਨੇ, ਕਿਹਦੇ ਬਾਰੇ ਸੋਚਦੇ ਨੇ, ਕੁਝ ਹੋਰ ਨੌਜਵਾਨਾਂ ਨਾਲ ਗੱਲ ਕਰਾਂਗੇ, ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਾਂਗੇ। ਅਤੇ ਵੈਲੰਟਾਈਨ ਡੇ ਦੇ ਉੱਤੇ ਗੱਲ ਅਸੀਂ ਕਰ ਰਹੇ ਹਾਂ ਜੀ ਨੌਜਵਾਨਾਂ ਦੇ ਨਾਲ, ਅਤੇ ਇਸ ਬਾਰੇ ਕੀ ਉਹ ਵਿਚਾਰ ਰੱਖਦੇ ਨੇ, ਕੁਝ ਹੋਰ ਨੌਜਵਾਨ ਸਾਡੇ ਨਾਲ ਇੱਥੇ ਬੈਠੇ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਦੇ, ਉਹਨਾਂ ਦੇ ਵਿਚਾਰ ਜਾਣਦੇ ਹਾਂ, ਕੀ ਉਹ ਜਾਣਦੇ ਨੇ। ਭਾਅ ਜੀ ਕੀ ਨਾਂ ਤੁਹਾਡਾ? ਮੇਰਾ ਨਾਮ ਲਵਪ੍ਰੀਤ ਸਿੰਘ ਹੈ ਵੀਰੇ। ਲਵਪ੍ਰੀਤ, ਤੁਸੀਂ ਦੱਸੋ ਵੈਲੰਟਾਈਨ ਡੇ ਮਨਾ ਰਹੇ ਹੋ ਅੱਜ ਕਿ ਨਹੀਂ? ਨਹੀਂ ਸਰ, ਅੱਜ ਮਨਾ ਨਹੀਂ, ਅੱਜ ਆਪਾਂ ਵੱਡੇ ਮਨਾ ਰਹੇ ਹਾਂ, ਵੱਡੇ ਮਨਾ ਰਹੇ। ਅੱਛਾ, ਵੈਲੰਟਾਈਨ ਡੇ ਬਾਰੇ ਦੱਸੋ ਤੁਸੀਂ, ਸਾਡੇ ਦੇਸ਼ 'ਚ ਬੜਾ ਟ੍ਰੈਂਡ ਹੋ ਗਿਆ ਵੈਲੰਟਾਈਨ ਡੇ ਦਾ, ਕੀ ਵਿਚਾਰ ਹੈ ਤੁਹਾਡਾ ਵੈਲੰਟਾਈਨ ਡੇ ਕੀ ਮਨਾਇਆ ਜਾਂਦਾ ਅਤੇ ਕੀ ਲੱਗਦਾ ਕਿ ਵੀ ਜ਼ਰੂਰੀ ਚੀਜ਼ ਹੈ? ਸਰ ਦੇਖੋ, ਮੈਂ ਕਹਿੰਦਾ ਨਹੀਂ ਵੀ ਜ਼ਰੂਰੀ ਚੀਜ਼ ਆ, ਹੈ ਨਾ, ਵੀ ਜਿਨ੍ਹਾਂ ਲਈ ਜਿਹੜੇ ਆਪਣੇ ਮਤਲਬ ਕਿ ਨੌਜਵਾਨ ਹੈ, ਹੈ ਨਾ, ਪੀੜ੍ਹੀ ਹੈ, ਜਿਵੇਂ ਉਹ ਇੱਕ ਦੂਜੇ ਨੂੰ ਮਤਲਬ ਕਿ ਗਰਲ ਹੈ ਮੁੰਡਾ, ਹੈ ਨਾ, ਇੱਕ ਦੂਜੇ ਨੂੰ ਪੂਰਾ ਪਿਆਰ ਕਰਦੇ ਆ, ਹੈ ਨਾ, ਉਹਨਾਂ ਦੇ ਘਰ ਦੇ ਵੀ ਮੰਨਦੇ ਆ, ਹੈ ਨਾ, ਵੀ ਹਾਂਜੀ ਵੈਲੰਟਾਈਨ ਆ, ਵੀ ਸਾਨੂੰ ਮਨਾਉਣਾ ਚਾਹੀਦਾ, ਉਹਨਾਂ ਲਈ ਤਾਂ ਜ਼ਰੂਰੀ ਹੈ। ਜਿਵੇਂ ਹੁਣ ਸਾਡੇ ਵਰਗੇ ਕਈ ਵਿੱਚ ਸਿੰਗਲ ਬੰਦੇ ਵੀ ਹੈ, ਉਹਨਾਂ ਲਈ ਤਾਂ ਜ਼ਰੂਰੀ ਹੈ ਨਹੀਂ, ਨਾ ਕੋਈ ਮਤਲਬ ਸਾਡੇ ਕਿ ਨਹੀਂ, ਜਿਵੇਂ ਅਸੀਂ ਇੱਧਰੋਂ ਮਾਲਵੇ ਕਿ ਨਹੀਂ, ਤਾਂ ਇੱਧਰ ਦੇ ਬੰਦੇ ਹਾਂ, ਨੌਜਵਾਨ ਮੁੰਡੇ ਹਾਂ, ਹੈ ਨਾ, ਉੱਧਰ ਤਾਂ ਘੱਟ ਵੱਧੇ ਹੀ ਮਨਾਉਂਦੇ ਹਾਂ ਅਸੀਂ ਜ਼ਿਆਦਾਤਰ ਤਾਂ, ਕਿਉਂਕਿ ਅੱਜ ਮੇਰਾ ਬਰਥਡੇ ਸੀਗਾ ਤਾਂ ਕਰਕੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ। ਮੈਨੂੰ ਵੈਲੰਟਾਈਨ ਡੇ ਬਾਰੇ ਦੱਸੋ ਵੀ ਤੁਸੀਂ ਮਤਲਬ ਸੁਣਿਆ ਕਦੋਂ ਵੈਲੰਟਾਈਨ ਡੇ ਬਾਰੇ ਪਹਿਲੀ ਵਾਰ, ਅਤੇ ਤੁਹਾਨੂੰ ਲੱਗਦਾ ਵੀ ਕਿਆ ਇਹ ਸਾਡੇ ਮਤਲਬ ਸਾਡੇ ਇਲਾਕੇ ਦਾ, ਪੰਜਾਬ ਦਾ ਕਹਿ ਲਓ ਜਾਂ ਸਾਡੇ ਮੁਲਕ ਦਾ, ਸਾਡੇ ਖੇਤਰ ਦਾ ਇਹ ਹਿੱਸਾ ਹੈ ਸਾਡੇ ਸੱਭਿਆਚਾਰ ਦਾ, ਕਿਸੇ ਚੀਜ਼ ਦਾ? ਸਰ ਮੈਂ ਪਹਿਲੀ ਵਾਰ ਤਾਂ ਇਹ ਸੁਣਿਆ ਸੀਗਾ, ਮੈਂ ਆਪਣੇ ਮਤਲਬ ਸਕੂਲ ਟਾਈਮ 'ਚ ਸੁਣਿਆ ਸੀਗਾ, ਠੀਕ ਹੈ ਜੀ, ਅਤੇ ਸਕੂਲ ਟਾਈਮ 'ਚ ਸੁਣਿਆ ਸੀਗਾ, ਅਤੇ ਇਹਦਾ ਪਤਾ ਤਾਂ ਮੈਨੂੰ ਬਸ ਮਤਲਬ ਕਿ ਜਾਂ ਪਲੱਸ ਟੂ ਕੀਤੀ, ਉਹ ਤੋਂ ਬਾਅਦ ਪਤਾ ਲੱਗਿਆ ਵੀ ਵੈਲੰਟਾਈਨ ਹੁੰਦਾ ਕੀ ਹੈ, ਕਿਉਂਕਿ ਹਫ਼ਤੇ ਆ, ਤੁਹਾਨੂੰ ਪਤਾ ਹੀ ਆ, ਪਿਆਰ ਵਾਲੇ ਹਫ਼ਤੇ ਚੱਲ ਰਹੇ ਜੀ, ਅਤੇ ਅੱਜ ਲਾਸਟ ਦਿਨ ਹੈ, ਲਾਸਟ ਨਹੀਂ ਮਤਲਬ ਅੱਗੇ ਵੀ ਆਉਣਾ ਹੀ ਹੈ, ਕਿੱਕ ਕੁੱਕੜੇ ਵੀ ਆਉਣੇ ਹੀ ਆ ਜੀ, ਅਤੇ ਬਸ ਹੋਰ ਤਾਂ ਕੁਛ ਪਤਾ ਨਹੀਂ ਜੀ। ਤੁਹਾਡਾ ਕੀ ਨਾਮ ਹੈ? ਸਰ ਮੈਂ ਪਵਨਪ੍ਰੀਤ ਸਿੰਘ। ਤੁਸੀਂ ਦੱਸੋ ਕਿ ਵੈਲੰਟਾਈਨ ਡੇ ਬਾਰੇ ਤੁਸੀਂ ਕੀ ਸੋਚਦੇ ਹੋ, ਕੀ ਇਸ ਬਾਰੇ ਵਿਚਾਰ ਹੈ ਤੁਹਾਡਾ? ਸਰ ਮੇਰਾ ਨਾ ਇਸ ਬਾਰੇ ਆਹੀ ਵਿਚਾਰ ਆ, ਕਿਉਂਕਿ ਸਾਡੇ ਘਰ 'ਚ ਨਾ ਹੈ ਨਹੀਂ ਗਿਆ ਆਹ, ਅਸੀਂ ਤਾਂ ਜਨਮ ਦਿਨ ਮਨਾਉਣਾ ਜੀ ਯਾਰ ਦੋਸਤ। ਹੋਰ ਕੋਈ? ਹਾਂ ਜੀ। ਅੱਛਾ, ਵੈਲੰਟਾਈਨ ਡੇ ਬਾਰੇ ਵੈਸੇ ਕੀ ਤੁਹਾਨੂੰ ਲੱਗਦਾ, ਜਿਹੜਾ ਲੋਕ ਮਨਾਉਂਦੇ ਆ ਕੀ ਮਨਾਉਣਾ ਚਾਹੀਦਾ ਜਾਂ ਤੁਹਾਨੂੰ ਲੱਗਦਾ ਵੀ ਨਹੀਂ ਇਸ ਚੀਜ਼? ਪਰ ਐਂ ਤਾਂ ਕੋਈ ਪਿਆਰ ਨਹੀਂ ਹੁੰਦਾ ਜੀ, ਕਦੇ ਇੱਕ ਦਿਨ ਮਨਾਈਏ ਵੀ ਸੱਚਾ ਪਿਆਰ ਹੋ ਜੂਗਾ, ਇਹਦਾ ਲਾਈਫ ਭਰ ਚਾਹੀਦਾ ਜੀ ਪਿਆਰ। ਪਿਆਰ ਦਾ ਕੋਈ ਦਿਨ ਨਹੀਂ ਹੁੰਦਾ, ਇੱਕ ਦਿਨ ਕੋਈ ਦਿਨ ਨਹੀਂ ਹੁੰਦਾ ਜੀ, ਕਿਸੇ ਦਿਨ ਵੀ ਤੁਹਾਨੂੰ ਪਿਆਰ ਹੋ ਸਕਦਾ? ਹਾਂਜੀ, ਇਹ ਨਾ ਮੈਨੂੰ ਪਤਾ ਜੀ, ਮੈਨੂੰ ਹੁੰਦਾ ਨਹੀਂ, ਮੰਨਾ ਹੁੰਦਾ ਨਹੀਂ ਉਹ ਦਿਲ ਹੀ ਹੈ, ਦਿਲ ਹੀ ਹੈ। ਤੁਸੀਂ ਦੱਸੋ ਵੀ ਇਹ ਸਾਡਾ ਸੱਭਿਆਚਾਰ ਹੈ? ਨਹੀਂ ਜੀ, ਸੱਭਿਆਚਾਰ ਨਹੀਂ ਹੈਗਾ ਜੀ ਆਪਣਾ, ਇਹ ਆ ਮਨੁੱਖ ਆਪ, ਮਨੁੱਖ ਨੇ ਆਪਣੇ ਡੇ ਬਣਾਏ ਹੋਏ ਆ, ਜਿਵੇਂ ਕਿ ਆਪਾਂ ਪੁਰਾਣੇ ਵੀਰ ਸਿੰਘ ਕੋਈ ਭੁੱਲੀ ਜਾ ਰਹੇ ਆ ਵੀ ਪਹਿਲਾਂ ਕੀ ਹੁੰਦਾ, ਹੁਣ ਜਿਕਣਾ ਨਵੇਂ ਰਿਵਾਜ਼ ਚੱਲੀ ਜਾਂਦੇ ਆ, ਕਈਆਂ ਨੂੰ ਐਂ ਵੀ ਨਹੀਂ ਪਤਾ ਜੀ ਜਿਕਣਾ ਚਮਕੌਰ ਸਾਹਿਬ ਚਾਰ ਦੋ ਸਾਹਿਬ ਜਦੋਂ ਸ਼ਹੀਦ ਹੋਏ ਉਹਨਾਂ ਦੀ ਉਮਰ ਕਿੰਨੀ ਸੀ ਵੀ ਕਿੱਥੇ ਸ਼ਹੀਦ ਹੋਏ, ਕਈਆਂ ਨੂੰ ਉਹੀ ਨਹੀਂ ਪਤਾ, ਵੈਲੰਟਾਈਨ ਦੇ ਬਹੁਤ ਪਤਾ ਕਰਦੇ ਵੀ ਆਹ ਦਿਨ ਦਾ ਪੂਰਾ ਹਫ਼ਤਾ ਪਤਾ ਕਿਹੜਾ ਰੋਜ਼ ਡੇ ਆ, ਪ੍ਰਪੋਜ਼ ਡੇ ਆ, ਇੱਦਾਂ ਹੀ ਆ ਜੋ ਆਹ ਸਭਾ ਚੱਲਦੀ ਸੀ ਚਮਕੌਰ ਸਾਹਿਬ ਜੀ, ਕਈਆਂ ਇੰਟਰਵਿਊ ਤਾਂ ਸੁਣਿਆ ਮੈਂ ਟੀ ਵੀ 'ਤੇ, ਕਈਆਂ ਨੂੰ ਪੁੱਛਿਆ ਵੀ ਗੁਰੂ ਅਜੀਤ ਸਿੰਘ ਦੀ, ਬਾਬਾ ਅਜੀਤ ਸਿੰਘ ਦੀ ਉਮਰ ਕਿੰਨੀ ਸੀ ਉਹੀ ਨਹੀਂ ਪਤਾ, ਕਈ ਵੀ ਕਿਸੇ ਨੂੰ ਐਂ ਵੀ ਨਹੀਂ ਪਤਾ ਕਿੰਨੇ ਸਾਹਿਬਜ਼ਾਦੇ, ਕਹਿੰਦੇ 9 ਸਾਹਿਬਜ਼ਾਦੇ, ਕਈ ਨੂੰ ਐਂ ਨਹੀਂ ਪਤਾ ਵੀ ਕਿੰਨੇ ਸਾਹਿਬਜ਼ਾਦੇ ਸ਼ਹੀਦ ਹੋਏ ਜਿਹਨਾਂ ਨੇ ਆਪਣੇ ਲਈ ਕੁਰਬਾਨੀ ਦਿੱਤੀ ਹੈ। ਲੱਗਦਾ ਵੀ ਅਸੀਂ ਸਾਡੇ ਜਿਹੜੇ ਨੌਜਵਾਨ ਹੈ ਵੀ ਅਸੀਂ ਆਪਣਾ ਜਿਹੜਾ ਆਪਣਾ ਸੱਭਿਆਚਾਰ ਹੈ ਉਹ ਸਾਨੂੰ ਭੁੱਲ ਗਿਆ, ਮਤਲਬ ਜਿਹੜੀਆਂ ਪੱਛਮ ਤੋਂ ਚੀਜ਼ਾਂ ਆਈਆਂ
ਹੈ ਨਾ, ਜਿਹੜੀਆਂ ਅਮਰੀਕਾ ਵਰਗੇ ਵੱਡੇ ਵੱਡੇ ਮੁਲਕਾਂ ਤੋਂ ਆਈਆਂ ਉਹ ਸਾਡੇ ਕੋਲ ਜ਼ਿਆਦਾ ਆ ਗਈਆਂ ਹੈ ਨਾ। ਹਾਂਜੀ, ਅਸੀਂ ਆਪਣੀਆਂ ਚੀਜ਼ਾਂ ਭੁੱਲ ਗਏ। ਹਾਂਜੀ, ਇਹ ਵੀ ਹੈ ਸਰ, ਹੋਰ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਵੈਲੈਂਟਾਈਨ ਡੇ ਆ, ਇਹ ਨਹੀਂ ਪਤਾ ਵੀ ਜਿਹੜਾ ਪੁਲਵਾਮਾ 'ਚ ਆਪਣਾ ਮਤਲਬ ਕਿ ਆਪਣੇ ਸ਼ਹੀਦ ਆਜ਼ਾਦ ਹੋਏ ਸੀਗੇ, 40 ਸ਼ਹੀਦ ਆਜ਼ਾਦ ਉਹ ਸ਼ਹੀਦ ਹੋਏ ਸੀ, ਸ਼ਹੀਦ ਹੋਏ ਸੀ ਹੈ ਨਾ, ਉਹਨਾਂ ਬਾਰੇ ਵੀ ਕਈਆਂ ਨੂੰ ਨਹੀਂ ਪਤਾ। ਉਹਨਾਂ ਨੂੰ ਐਂ ਆ ਵੀ ਬਸ ਉਹ ਤਾਂ ਇੱਕ ਵਾਰ ਆ ਗਿਆ ਭੁੱਲ ਗਏ, ਜਿਵੇਂ ਉਹ ਫਤਿਹ ਮੁੰਡਾ ਬੱਚਾ ਸੀਗਾ ਛੋਟਾ ਜਿਹਾ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੇ ਮਹੀਨਾ ਕੁ ਯਾਦ ਕੀਤਾ, ਜ਼ਿਆਦਾ ਜ਼ਿਆਦਾ 2 ਮਹੀਨੇ ਕੀਤਾ ਹੋਊਗਾ, ਹੁਣ ਤਾਂ ਸਾਰੇ ਭੁੱਲ ਗਏ ਹੋਣੇ ਉਹਨਾਂ ਨੂੰ। ਐਵੇਂ ਆ ਜਿਹੜਾ ਪੁਲਵਾਮਾ 'ਚ ਹੋਇਆ ਸੀ ਇਹਨੂੰ ਵੀ ਕਿਸੇ ਨੇ ਮਹੀਨਾ ਕੁ ਯਾਦ ਜਾਂ ਹਫ਼ਤਾ ਯਾਦ ਕੀਤਾ, ਹੁਣ ਤਾਂ ਉਹਨਾਂ ਨੂੰ ਸਾਰੇ ਭੁੱਲੀ ਫਿਰਦੇ ਹਾਂ। ਬਾਕੀ ਅਸੀਂ ਅਫਸੋਸ ਮੰਨਦੇ ਹਾਂ ਨਾ ਵੀ ਅਸੀਂ ਵੱਡੇ ਮਨਾ ਰਹੇ ਹਾਂ, ਚਲੋ ਮਾੜੀ ਮੋਟੀ ਖੁਸ਼ੀ ਸਾਨੂੰ ਇਹਦੀ ਵੱਡੇ ਦੀ ਵੀ ਆ, ਅਤੇ ਬਾਕੀ ਉਹ ਸਾਨੂੰ ਉਦਾਸੀ ਸ਼ਰਧਾਂਜਲੀ ਹੈ। ਠੀਕ ਹੈ, ਇੱਕ ਮੈਨੂੰ ਪਿਆਰ ਬਾਰੇ ਦੱਸੋ ਥੋੜ੍ਹਾ ਜਿਹਾ ਤੁਹਾਡਾ, ਚਲੋ ਜਿੰਨਾ ਵੀ ਤਜਰਬਾ ਹੈਗਾ, ਵੀ ਤੁਹਾਨੂੰ ਲੱਗਦਾ ਵੀ ਅੱਜ ਦੇ ਟਾਈਮ 'ਚ ਸੱਚਾ ਪਿਆਰ ਲੋਕ ਕਰਦੇ ਆ ਜਾਂ ਸਿਰਫ ਸ਼ੋਸ਼ੇਬਾਜ਼ੀ ਹੈ? ਚਮਕੌਰ ਸਾਹਿਬ ਤੇ ਅਸੀਂ ਬਿਲੋਂਗ ਕਰਦੇ ਹਾਂ, ਤੇ ਮੈਂ ਕਈ ਦੇਖੇ ਵੀ ਹਨ ਜਿਹੜੇ ਆਪਣਾ ਸੱਚਾ ਪਿਆਰ ਵੀ ਕਰਦੇ ਆ, ਕਈ ਵਿੱਚ ਟਾਈਮ ਪਾਸ ਵਾਲੇ ਵੀ ਹੈਗੇ ਜਿਵੇਂ ਮੈਂ ਇਸੀ ਕਰਕੇ ਸਾਡੇ। ਕੀ ਤੁਹਾਨੂੰ ਕੀ ਲੱਗਦਾ ਕੀ ਹੁੰਦਾ ਸੱਚਾ ਪਿਆਰ ਵੀ, ਮਤਲਬ ਪਿਆਰ ਕੀ, ਸੱਚਾ ਪਿਆਰ ਕੀ ਹੋਇਆ? ਤੁਸੀਂ ਟਾਈਮ ਪਾਸ ਨਹੀਂ ਕਰਦੇ ਜੀ, ਐਸੇ ਬਰਥਡੇ ਮਨਾਉਣਾ ਹੈ ਤਾਂ ਫਰੈਂਡ ਦਾ ਪਿਆਰ ਯਾਰ ਦੋਸਤ ਸਾਡਾ ਪਿਆਰ ਮੁਹੱਬਤ ਤਾਂ ਕਰਕੇ ਆ ਗਏ ਜੀ। ਚਲੋ ਠੀਕ ਹੈ, ਪਿਆਰ ਮੁਹੱਬਤ ਕਿਸੇ ਨਾਲ ਵੀ ਹੋ ਸਕਦਾ, ਦੋਸਤ ਨਾਲ ਵੀ ਹੋ ਸਕਦਾ, ਤੁਸੀਂ ਵੈਲੈਂਟਾਈਨ ਡੇ ਮਨਾਉਣ ਵਾਲਾ ਪਿਆਰ ਦਾ ਇਜਾਜ਼ਤ ਕਰਨਾ ਦੋਸਤ ਨਾਲ, ਹਾਂ ਦੋਸਤ ਨਾਲ ਵੀ ਮਨਾ ਸਕਦੇ। ਸੋ ਇਹ ਕੁਝ ਨੌਜਵਾਨ ਸੀਗੇ ਜੀ, ਕੁਝ ਹੋਰ ਨੌਜਵਾਨਾਂ ਨਾਲ ਗੱਲਬਾਤ ਅਸੀਂ ਕਰਾਂਗੇ, ਇਹਨਾਂ ਦੇ ਵਿਚਾਰ ਅਸੀਂ ਤੁਹਾਨੂੰ ਸੁਣਾਇਆ, ਕੁਝ ਹੋਰਾਂ ਦੇ ਵਿਚਾਰ ਸੁਣਾਵਾਂਗੇ ਕਿ ਵੈਲੈਂਟਾਈਨ ਡੇ ਨੂੰ ਲੈ ਕੇ ਉਹ ਕੀ ਸੋਚਦੇ ਆ। ਤੇ ਵੈਲੈਂਟਾਈਨ ਡੇ ਦੇ ਉੱਤੇ ਨੌਜਵਾਨਾਂ ਨਾਲ ਅਸੀਂ ਗੱਲ ਕਰ ਰਹੇ ਜੀ ਲਗਾਤਾਰ, ਤੇ ਉਹਨਾਂ ਦੇ ਵਿਚਾਰ ਜਾਣ ਰਹੇ ਆ ਕਿ ਇਸ ਦਿਨ ਬਾਰੇ ਉਹ ਕੀ ਸੋਚਦੇ ਨੇ। ਕਿਨਾਂ ਬਜਾ ਭਾਈ ਤੁਹਾਡਾ? ਆਕਾਸ਼ ਦੇ ਵੀ। ਆਕਾਸ਼, ਤੁਸੀਂ ਦੱਸੋ ਵੈਲੈਂਟਾਈਨ ਡੇ ਬਾਰੇ ਕੀ ਸੋਚਦੇ? ਬਸ ਉਹ ਇੱਕ ਤਰ੍ਹਾਂ ਟਾਈਮ ਪਾਸ ਵਾਲਾ ਕੰਮ ਹੈ ਜੀ, ਜਿਹਨੇ ਪਿਆਰ ਕਰਨਾ ਉਹ ਤਾਂ ਦਿਨ ਨਹੀਂ ਦੇਖਦਾ ਜੀ, ਅਗਲਾ ਕਹਿ ਦਿੰਦਾ ਕਿਹੜਾ ਸੱਚਾ ਪਿਆਰ ਕਰਦਾ, ਉਹ ਤਾਂ ਫਿਰ ਘਰ ਵੀ ਗੱਲ ਕਰ ਲੈਂਦਾ ਜੀ। ਅੱਛਾ, ਤੁਹਾਨੂੰ ਲੱਗਦਾ ਵੀ ਇਹ ਵੈਲੈਂਟਾਈਨ ਡੇ ਆਪਣੇ ਇੱਥੋਂ ਦੀ ਪੈਦਾਇਸ਼ ਹੈ, ਇੱਥੋਂ ਦੀ ਚੀਜ਼ ਹੈ? ਤੁਹਾਨੂੰ ਲੱਗਦਾ ਫੋਰਨ ਤੋਂ ਆਈ ਹੈ ਜੀ, ਆਪਣੇ ਸੱਭਿਆਚਾਰ 'ਚ ਭੁੱਲਦੇ ਜਾਂਦੇ, ਕਿਸੇ ਨੂੰ ਪਤਾ ਨਹੀਂ ਹੋਣਾ ਪਿਛਲੇ ਸਾਲ ਕਿਆ ਹੋਇਆ ਤਾ, ਜਾਂ ਇਸ ਦਿਨ 14 ਫਰਵਰੀ ਦਿਨ ਸ਼ਹੀਦ ਭਗਤ ਸਿੰਘ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ, ਕਿਸੇ ਨੂੰ ਯਾਦ ਨਹੀਂ ਹੋਣਾ, ਕਿਤੇ ਮਰਜ਼ੀ ਪੁੱਛ ਲਓ। ਅਸੀਂ ਆਪਣੀਆਂ ਚੀਜ਼ਾਂ ਭੁੱਲ ਗਏ, ਆਪਣੀਆਂ ਚੀਜ਼ਾਂ ਭੁੱਲ ਰਹੇ ਹਾਂ, ਬਸ ਕਿਹੜੇ ਵਾਰ ਤੋਂ ਕਲਚਰ ਆ ਰਿਹਾ ਉਹਨੂੰ ਅਪਣਾ ਰਹੇ ਹਾਂ। ਅੱਛਾ, ਇੱਕ ਗੱਲ ਦੱਸੋ, ਤੁਹਾਨੂੰ ਫਰਕ ਲੱਗਦਾ ਕੋਈ ਵੀ ਸਾਡੇ ਪਿੰਡਾਂ 'ਚ ਅਤੇ ਸ਼ਹਿਰਾਂ ਦੇ ਵਿੱਚ ਇਸ ਦਿਨ ਨੂੰ ਲੈ ਕੇ ਫਰਕ ਹੈ ਕੋਈ? ਨਹੀਂ ਸਰ, ਸਾਡੇ ਪਿੰਡਾਂ 'ਚ ਨਹੀਂ ਆਏ ਮੰਨਣ ਦੇ, ਕਿਉਂਕਿ ਆਪਾਂ ਜਾਂ ਵਾਰ ਵਾਰ ਆ ਜਾਂਦੇ ਹਾਂ ਜਿਹੜਾ ਮੋਹਾਲੀ ਸਾਈਡ ਚੰਡੀਗੜ੍ਹ ਬਹਿਰ ਸਰ, ਕਿਉਂਕਿ ਇਹ ਕਲਚਰ ਉੱਥੇ ਚੱਲ ਰਿਹਾ, ਸਾਡੇ ਪਿੰਡਾਂ ਸਾਈਡ ਨਹੀਂ ਹੈਗਾ ਇਹ। ਤੁਹਾਨੂੰ ਲੱਗਦਾ ਪਿੰਡਾਂ 'ਚ ਇਹ ਚੀਜ਼? ਪਿੰਡਾਂ 'ਚ ਹੈਗਾ ਪਰ ਥੋੜ੍ਹਾ ਬਹੁਤ, ਪਰ ਇੰਨਾ ਨਹੀਂ, ਸ਼ਹਿਰਾਂ 'ਚ ਬਹੁਤ ਹੈ ਜੀ। ਕਿਉਂ ਮਤਲਬ ਤੁਹਾਨੂੰ ਤਾਂ ਸ਼ਹਿਰਾਂ 'ਚ ਚੀਜ਼ਾਂ ਜ਼ਿਆਦਾ ਵਿਕਦੀਆਂ? ਹਾਂ, ਸ਼ਹਿਰਾਂ 'ਚ ਇੱਕ ਮਾਰਕੀਟ ਮਾਰਨਿੰਗ ਹੋਈ ਵੀ ਆ, ਜਿਵੇਂ ਵੈਲੈਂਟਾਈਨ ਦੇ ਮਾਰਕੀਟ ਬਣ ਗਈ ਇਹ, ਕਿਉਂਕਿ ਹਾਂਜੀ ਮਾਰਕੀਟ ਬਣ ਗਈ ਇੱਕ ਤਰ੍ਹਾਂ ਦੀ ਇਹ। ਸੱਚਾ ਵੀ ਕਰਦੇ, ਕਈ ਟਾਈਮ ਪਾਸ ਵੀ ਕਰਦੇ ਆ, ਸੱਚਾ ਕਿਹੜਾ ਪਿਆਰ ਕਰਦਾ ਉਹ ਦਿਨ ਨਹੀਂ ਦੇਖਦਾ, ਆਪਣਾ ਪਿਆਰ ਦਾ ਇਜ਼ਹਾਰ ਕਰਦਾ, ਆਪਣੇ ਘਰ ਵੀ ਗੱਲ ਕਰ ਲੈਂਦਾ, ਪਰ ਕਿਹੜਾ ਟਾਈਮ ਪਾਸ ਕਰਦਾ ਉਹ ਇਸ ਦਿਨ ਉਡੀਕਦਾ, ਅਤੇ ਸਭ ਤੋਂ ਇੰਪੋਰਟੈਂਟ ਗੱਲ ਉਹ ਇੱਕ ਟਿੱਕ ਜਗ੍ਹਾ ਟਿੱਕਦਾ ਨਹੀਂ ਹੈਗਾ, ਬਸ ਅੱਜ ਕਿਸੇ ਨਾਲ ਵੈਲੈਂਟਾਈਨ ਗੱਲ ਕਿਸੇ ਨਾਲ, ਕਿਹੜਾ ਸੱਚਾ ਪਿਆਰ ਬਸ ਦੋਹੇ। ਨਹੀਂ ਸਰ, ਕੋਈ ਕੋਈ ਉਹ ਕਰਦਾ, ਕੋਈ ਕੋਈ ਕਰਦਾ ਜੋ ਆਪਣੇ ਦਿਲ 'ਤੇ ਕਰਦਾ, ਕਿਉਂਕਿ ਅੱਜ ਦੇ ਟਾਈਮ ਤੱਕ ਕੋਈ ਉਹ ਦਿਲ 'ਤੇ ਕਰੂੰਗਾ, ਬਾਕੀ ਤਾਂ ਸਾਰੇ ਦਿਮਾਗ 'ਤੇ ਉਹ ਕਰਦੇ ਆ, ਦਿਮਾਗ 'ਤੇ ਉਹ ਕਰਦੇ ਜੀ। ਅੱਜ ਤੁਹਾਨੂੰ ਲੱਗਦਾ ਵੀ ਇਹ ਚੀਜ਼ ਜਿਹੜੀ ਹੈ ਵੀ ਇਹ ਜਿਵੇਂ ਵੈਲੈਂਟਾਈਨ ਡੇ ਮਨਾਉਣ ਦਾ ਜਿਹੜਾ ਟਰੈਂਡ ਹੈ ਸਾਡੇ ਮੁਲਕ ਦੇ ਵਿੱਚ ਹੌਲੀ ਹੌਲੀ ਵੱਧ ਗਿਆ, ਮਤਲਬ ਇਹਦਾ ਏਰੀਆ ਵੱਧ ਗਿਆ, ਛੋਟੇ ਛੋਟੇ ਇਲਾਕਿਆਂ ਦੇ ਵਿੱਚ ਵੀ ਜਾ ਕੇ ਹੁਣ ਲੋਕ ਇਹ ਚੀਜ਼ ਮਨਾਉਣ ਲੱਗ ਗਏ? ਹਾਂਜੀ ਸਰ, ਦੇਖੋ ਜਿਕਣਾ ਆਪਾਂ ਲਾ ਲਓ, ਕਿਉਂਕਿ ਸਭ ਤੋਂ ਪਹਿਲਾਂ ਆਪਣੀ ਫੈਮਿਲੀ ਆ ਰਹੀ ਆ, ਫਿਰ ਆ ਕੰਮ ਪਿਆਰ ਪਿਊਰ ਤਾਂ ਚੱਲੀ ਹੋ ਜਾਂਦਾ ਸਰ, ਪਿਆਰ ਤਾਂ ਚੱਲੀ ਹੋ ਜਾਂਦਾ, ਕਿਉਂਕਿ ਸਭ ਨਾਲ ਪਹਿਲਾਂ ਇੰਪੋਰਟੈਂਟ ਹੈ ਆਪਣੀ ਫੈਮਿਲੀ, ਸਭ ਨਾਲ ਪਹਿਲਾਂ ਜੇ ਆਪਣੇ ਮਾਪਿਆਂ ਨੂੰ ਪਿਆਰ ਕਰੂੰਗੇ ਫਿਰ ਇੱਧਰ ਜਾਣਾ ਚਾਹੀਦਾ ਆਪਾਂ ਨੂੰ, ਘਰ ਤੋਂ ਸ਼ੁਰੂਆਤ ਹੋਣੀ ਚਾਹੀਦੀ। ਆਪਣੇ ਆਪਣਿਆਂ ਨੂੰ ਪਿਆਰ, ਆਪਣੇ ਪਰਿਵਾਰ ਨੂੰ ਪਿਆਰ ਕਰੋਗੇ, ਆਪਣੇ ਪਰਿਵਾਰ ਤੋਂ ਵੱਖ ਹੋ ਕੇ ਪਰਿਵਾਰ ਨੂੰ ਤੁਸੀਂ ਪਿਆਰ। ਹਾਂਜੀ ਹਾਂਜੀ, ਤੁਹਾਡਾ ਕੀ ਨਾਮ ਹੈ? ਤਰਨਦੀਪ ਸਿੰਘ। ਤਰਨ, ਤੁਸੀਂ ਦੱਸੋਗੇ ਵੈਲੈਂਟਾਈਨ ਡੇ ਬਾਰੇ ਕੀ ਵਿਚਾਰ ਰੱਖਦੇ, ਤੁਹਾਨੂੰ ਲੱਗਦਾ ਵੀ ਸਾਡੇ ਮੁਲਕ 'ਚ ਇਹਦਾ ਟਰੈਂਡ ਵੱਧ ਰਿਹਾ ਚੀਜ਼ ਦਾ, ਅਤੇ ਤੁਹਾਨੂੰ ਲੱਗਦਾ ਵੀ ਠੀਕ ਹੈ ਚੀਜ਼? ਦੇਖੋ ਜੀ, ਵੱਧ ਤਾਂ ਰਿਹਾ ਟਰੈਂਡ ਇਹਦਾ, ਬਟ ਹੁਣ ਪਿੰਡਾਂ ਵੱਲ ਤਾਂ ਇਹਦਾ ਮਤਲਬ ਕੋਈ ਨਾਮ ਵੀ ਨਹੀਂ ਹੈ, ਬਟ ਜਦ ਸ਼ਹਿਰਾਂ 'ਚ ਆਉਂਦੇ ਹਾਂ ਤਾਂ ਪੂਰੀ ਦੇਖਣ ਨੂੰ ਮਿਲਦੀ ਹੈ ਇਹ ਚੀਜ਼। ਅਤੇ ਵੈਸੇ ਪਿਆਰ ਵਾਸਤੇ ਕੋਈ ਦਿਨ ਤਾਂ ਹੋਣਾ ਨਹੀਂ ਚਾਹੀਦਾ, ਕਿਉਂਕਿ ਜਿਹਨੇ ਕਰਨਾ ਪਿਆਰ ਉਹਨਾਂ ਨੇ ਕਿਸੇ ਵੀ ਮਨ 'ਚ ਕਿਸੇ ਵੀ ਦਿਨ ਉਹਨਾਂ ਨੇ ਕਰ ਲੈਣਾ, ਡੇਟ ਦੀ ਥੋੜ੍ਹੀ ਵੇਟ ਕਰੂੰਗੇ ਉਹ, ਬਸ ਇਹ ਹੀ ਹੈ ਵੀ ਇੱਕ ਦਿਨ ਕਹਿ ਕੇ ਸੈਲੀਬ੍ਰੇਟ ਕਰ ਲੈਂਦੇ ਹਾਂ। ਅੱਛਾ, ਤੁਹਾਨੂੰ ਇਹ ਦੱਸੋ ਵੀ ਅਸੀਂ ਸੱਭਿਆਚਾਰ ਦੀ ਗੱਲ ਕਰਦੇ, ਤੁਹਾਨੂੰ ਲੱਗਦਾ ਵੀ ਇਹ ਪੱਛਮ ਦਾ ਜਿਹੜਾ ਸੱਭਿਆਚਾਰ ਹੈ ਜਿਹੜਾ ਬੈਸਟ ਵਾਲਾ ਅਸੀਂ ਕਹਿੰਦੇ ਹਾਂ, ਸਾਡੇ ਨੌਜਵਾਨ ਬੜੇ ਬਾਹਰ ਵੀ ਜਾ ਰਹੇ ਆ, ਉੱਥੇ ਜਾ ਕੇ ਉੱਥੋਂ ਦਾ ਕਲਚਰ
ਪਰ ਤੁਹਾਨੂੰ ਲੱਗਦਾ ਵੀ ਸਾਡੇ ਉੱਤੇ ਕੁਛ ਜ਼ਿਆਦਾ ਪ੍ਰਭਾਵ ਹੋ ਗਿਆ ਇਹਨਾਂ ਚੀਜ਼ਾਂ ਦਾ, ਪੱਛਮ ਵਾਲੀਆਂ ਚੀਜ਼ਾਂ ਦਾ, ਵੈਸਟ ਦਾ? ਹਾਂਜੀ, ਇਹ ਸਾਡੇ ਸੱਭਿਆਚਾਰ ਦਾ ਹਿੱਸਾ ਤਾਂ ਹੈ ਨਹੀਂ, ਬਟ ਉੱਧਰ ਤੋਂ ਪੱਛਮੀ ਪ੍ਰਭਾਵ ਤੋਂ ਹੈ ਤਾਂ ਜ਼ਿਆਦਾ ਦੇਖਣ ਨੂੰ ਮਿਲਦਾ ਸਾਡੇ ਪਿੰਡ, ਕਿਉਂਕਿ ਸਾਡੇ ਪਿੰਡਾਂ 'ਚ ਕਦੇ ਨਹੀਂ ਹੈਗੇ ਇਹੋ ਜਿਹੇ, ਕਿਉਂਕਿ ਬਾਹਰ ਆ ਕੇ ਸਾਨੂੰ ਪਤਾ ਚੱਲਦਾ ਮੋਹਾਲੀ ਸਾਈਡ ਜਾਂ ਇਹੋ ਜਿਹੀ ਚੰਡੀਗੜ੍ਹ ਵਗੈਰਾ ਸਾਰੇ ਸ਼ਹਿਰ 'ਚ ਅਪਡੇਟ ਸ਼ਹਿਰ 'ਚ ਕਹਿੰਦੇ ਹੁੰਦੇ ਅਪਡੇਟ ਹੋਏ ਹੁੰਦੇ, ਉਹਨਾਂ ਤੋਂ ਪਤਾ ਚੱਲਦਾ ਹਾਂ ਉਰੇ ਕੋਈ ਵੈਲੇਂਟਾਈਨ ਦਿਨ ਹੈ, ਸਾਨੂੰ ਵੀ ਮੋਹਾਲੀ ਕਿ ਬਾਹਰ ਨਿਕਲੋ ਪਤਾ ਚੱਲਿਆ, ਵੱਧ ਤੋਂ ਵੱਧ ਅਸੀਂ ਕਾਲਜ ਸਕੂਲ 'ਚ ਸੁਣਿਆ ਤਾਂ ਵੈਲੇਂਟਾਈਨ ਕੋਈ ਦਿਨ ਹੁੰਦਾ, ਬਾਕੀ ਹੁਣ ਕਾਲਜ 'ਚੋਂ ਆਇਆ ਹੁਣ ਪਤਾ ਚੱਲਿਆ ਜਾਂ ਸੈਲੀਬ੍ਰੇਟ ਵੀ ਕੀਤਾ ਜਾਂਦਾ ਹੈ, ਮੁੰਡੇ ਕੁੜੀਆਂ ਕਰਦੇ ਕਿਹੜੇ ਪਿਆਰ ਪਿਊ ਕਰਦੇ ਉਹ ਸੈਲੀਬ੍ਰੇਟ ਵੀ ਕਰਦੇ ਹਾਂ ਬਾਅਦ 'ਚ, ਮਤਲਬ ਜਿਵੇਂ ਜਿਵੇਂ ਅੱਗੇ ਆਉਂਦੇ ਪਤਾ ਚੱਲੀ ਜਾਂਦਾ ਬਾਹਰ ਜੀ ਜਿਉਣੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਗੱਲਬਾਤ ਕਰੀ ਆਈ। ਸੋ ਇਲਾਕੇ ਦੇ ਹਿਸਾਬ ਨਾਲ ਵੈਲੇਂਟਾਈਨ ਡੇ ਦਾ ਟ੍ਰੈਂਡ ਜਿਹੜਾ ਹੈ ਉਹ ਬਦਲਦਾ ਹੈ, ਪਿੰਡਾਂ ਦੇ ਵਿੱਚ ਘੱਟ ਜਾਣਕਾਰੀ ਹੈ, ਉਸ ਤੋਂ ਬਾਅਦ ਜਦੋਂ ਸ਼ਹਿਰ 'ਚ ਆਉਂਦੇ ਨੇ ਤਾਂ ਪੂਰੇ ਤਰੀਕੇ ਨਾਲ ਪਤਾ ਲੱਗਦਾ ਹੈ ਕਿ ਵੈਲੇਂਟਾਈਨ ਡੇ ਨਾਂ ਦੀ ਕੋਈ ਚੀਜ਼ ਹੁੰਦੀ ਹੈ ਅਤੇ ਇਹਨੂੰ ਸੈਲੀਬ੍ਰੇਟ ਵੀ ਕੀਤਾ ਜਾਂਦਾ। ਇਸ ਕਾਰਨ ਦੱਸ ਵੀ ਵੈਲੇਂਟਾਈਨ ਡੇ ਮਨਾ ਰਹੇ ਅੱਜ ਲੋਕ, ਕੀ ਵੈਲੇਂਟਾਈਨ ਬਾਰੇ ਪਤਾ ਤੁਹਾਨੂੰ ਕੁਛ ਕੀ ਹੁੰਦਾ ਵੈਲੇਂਟਾਈਨ? ਨਾ ਨਾ ਵੀਰੇ, ਮੈਂ ਤਾਂ ਘੁੰਮਣ ਆਇਆ, ਅਸੀਂ ਤਾਂ ਵੀਰੇ ਘੁੰਮਣ ਆਇਆ ਯਾਰ, ਘੁੰਮਣ ਆਏ ਹੋ? ਐਜ਼ ਆ ਫਰੈਂਡ ਦਾ ਬਰਥਡੇ ਅੱਜ ਮੇਰੇ ਦਾ। ਅੱਛਾ, ਦੋਸਤ ਦਾ ਬਰਥਡੇ ਮਨਾਉਣਾ, ਦੋਸਤ ਦਾ ਬਰਥਡੇ ਆ। ਅੱਛਾ, ਵੈਸੇ ਸੁਣਿਆ ਤਾਂ ਹੋਣਾ ਇਹਦੇ ਬਾਰੇ ਵੀ ਹੁੰਦਾ ਕੀ? ਹਾਂ ਸੁਣਿਆ, ਕੋਈ ਇਸ਼ੂ ਵਾਲੀ ਗੱਲ। ਕੀ ਵਿਚਾਰ ਕੀ ਵੈਸੇ, ਮਤਲਬ ਤੁਸੀਂ ਨੌਜਵਾਨ ਮੁੰਡੇ ਹੋ, ਤੁਸੀਂ ਵੈਸੇ ਕੀ ਸੋਚਦੇ ਹੋ ਵੀ ਇਹ ਜਿਹੜਾ ਦਿਨ ਮਨਾਉਂਦੇ ਆ ਲੋਕ ਵੀ ਮਨਾਉਣਾ ਚਾਹੀਦਾ ਆ, ਮਤਲਬ ਕਿਵੇਂ? ਵੀਰੇ ਇਹ ਤਾਂ ਬੰਦੇ 'ਤੇ ਆ ਯਾਰ, ਆਪਾਂ ਕੁਛ ਨਹੀਂ ਆ ਸਕਦੇ, ਆਪਾਂ ਨਹੀਂ ਮਨਾਉਂਦੇ। ਪਰ ਤੁਸੀਂ ਨਹੀਂ ਮਨਾਉਂਦੇ? ਕਿਉਂ, ਮਤਲਬ ਤੁਹਾਨੂੰ ਚੰਗਾ ਨਹੀਂ ਲੱਗਦਾ? ਅਸੀਂ ਸ਼ੁਰੂ 'ਚ ਆਪਾਂ ਨੂੰ ਪਤਾ ਨਹੀਂ ਇਹ ਚੀਜ਼ ਦਾ। ਅੱਛਾ, ਨਾ ਸਾਡੇ ਕਰਦਾ। ਅੱਛਾ, ਵੈਸੇ ਤਾਂ ਪਤਾ ਹੋਊਗਾ ਵੀ ਲੋਕ ਪਿਆਰ ਦਾ ਇਜ਼ਹਾਰ ਕਰਦੇ ਆ। ਹਾਂ, ਇੱਦਾਂ ਇੰਨਾ ਕੁ ਤਾਂ ਪਤਾ ਹੀ ਹੁੰਦਾ। ਚਲੋ, ਪਿਆਰ ਕਰਦੇ ਆ ਲੋਕ ਸੱਚਾ ਇੰਨਾ, ਇਹ ਦੱਸੋ। ਇਹ ਹੁਣ ਉਹਨਾਂ ਨੂੰ ਪਤਾ ਹੋਊਗਾ, ਆਪਾਂ ਨੂੰ ਤਾਂ ਨਹੀਂ ਪਤਾ। ਤੁਸੀਂ ਦੱਸੋ ਵੀ ਵੈਲੇਂਟਾਈਨ ਡੇ ਬਾਰੇ ਤੁਹਾਡਾ ਕੀ ਵਿਚਾਰ ਹੈ, ਤੁਸੀਂ ਕੀ ਸੋਚਦੇ ਹੋ ਵੀ ਲੋਕ ਦਿਨ ਮਨਾਉਂਦੇ ਆ, ਕਿਉਂ ਮਨਾਉਂਦੇ ਆ? ਮੇਰੇ ਹਿਸਾਬ ਨਾਲ ਤਾਂ ਮਨਾਉਣਾ ਹੀ ਨਹੀਂ ਚਾਹੀਦਾ, ਕਿਉਂਕਿ ਪਿਆਰ ਕਰਨ ਦਾ ਕੋਈ ਇੱਕ ਦਿਨ ਤਾਂ ਹੈ ਨਹੀਂ, ਕਦੇ ਵੀ ਹੋ ਸਕਦਾ। ਹਾਂਜੀ ਹਾਂ, ਵੈਸਟਰਨ ਕਲਚਰ ਹੈ ਆਪਣਾ, ਸੁਣਿਆ ਬਹੁਤ ਆ ਪਰ ਮਨਾਇਆ ਕਦੇ ਹੈ ਨਹੀਂ ਤਾਂ ਹੁਣ। ਹਾਂਜੀ, ਇਹ ਤੁਸੀਂ ਗੱਲ ਕਹੀ ਵੀ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ। ਹਾਂਜੀ ਹਾਂ, ਮਾਰਕੀਟਿੰਗ ਕੀਤੀ ਹੋਈ ਲੋਕਾਂ ਨੇ ਕਈ ਤਰ੍ਹਾਂ ਦੀ, ਲੋਕ ਗਿਫਟ ਖਰੀਦਦੇ ਆ ਮਹਿੰਗੇ ਮਹਿੰਗੇ ਤੇ ਲੋਕ ਮਸ਼ਹੂਰੀ ਕਰਦੇ ਆ ਵੀ ਆਹ ਦਿਨ ਨੂੰ ਅਸੀਂ ਆਫਰ ਲਾਉਂਦੇ ਨੇ ਵੈਲੇਂਟਾਈਨ ਡੇ ਨੂੰ, ਆਹ ਚੀਜ਼ ਆ। ਪਿਆਰ ਕਰਨ ਦਾ ਕੋਈ ਦਿਨ ਤਾਂ ਹੈ ਨਹੀਂ। ਹਾਂਜੀ, ਇਹ ਗੱਲ ਕਿਸੇ ਨਾਲ ਵੀ। ਤੁਸੀਂ ਦੱਸੋ ਵੀ ਤੁਹਾਨੂੰ ਲੱਗਦਾ ਵੀ ਅੱਜ ਕੱਲ ਮੁੰਡੇ ਜਿਹੜੇ ਹੈਗੇ ਤੁਸੀਂ ਦੇਖ ਸਕਦੇ ਹੋ, ਪਿਛਲੇ ਸਾਲ ਆਈ ਥਿੰਕ ਪਿਛਲੇ ਸਾਲ ਹੀ ਹੋਇਆ ਸੀਗਾ ਪੁਲਵਾਮਾ 'ਚ ਅਟੈਕ ਹੋਇਆ ਸੀਗਾ ਫੌਜੀਆਂ ਦਾ, 14 ਫੈਬ ਨੂੰ ਹੋਇਆ ਸੀਗਾ। ਉਹ ਤੁਸੀਂ ਹੁਣ ਕਿਸੇ ਨੂੰ ਵੀ ਪੁੱਛ ਲਓ, ਉਹ ਸ਼ਾਇਦ ਕਿਸੇ ਨੂੰ ਯਾਦ ਹੀ ਨਹੀਂ ਹੋਏਗਾ ਆਲਮੋਸਟ, ਪਰ ਵੈਲੇਂਟਾਈਨ ਤਾਂ ਸਾਰਿਆਂ ਨੂੰ ਯਾਦ ਹੀ ਰਹਿੰਦਾ। ਤਾਂ ਮਤਲਬ ਗੱਲ ਇਹ ਵੀ ਇਤਿਹਾਸ ਨੂੰ ਕੋਈ ਜਾਣਨਾ ਚਾਹੁੰਦਾ ਹੀ ਨਹੀਂ ਤੇ ਨਾ ਕਿਸੇ ਨੂੰ ਨੌਲੇਜ ਹੈ ਇੰਨੀ ਕੁ। ਹਾਂ, ਇਹ ਦਿਨ ਲੋਕਾਂ ਲਈ ਸੌਖਾ, ਸਭ ਨੂੰ ਪਤਾ ਹੁੰਦਾ, ਨੋਰਮਲ ਜਿਹਨੂੰ ਨਹੀਂ ਵੀ ਪਤਾ ਉਹਨੂੰ ਵੀ ਪਤਾ ਵੀ ਅੱਜ ਆਹ ਦਿਨ। ਹੁਣ ਪੁਲਵਾਮਾ ਬਾਰੇ ਤਾਂ ਚਲੋ ਤੁਹਾਨੂੰ ਪੜ੍ਹਨਾ ਪਊਗਾ, ਅਖਬਾਰ ਪੜ੍ਹਦੇ ਹੋ ਤੁਸੀਂ, ਤੁਹਾਨੂੰ ਤਾਂ ਜਾਣਕਾਰੀ ਹੋਊਗੀ ਹੈ ਨਾ? ਨਹੀਂ, ਹਾਂਜੀ ਵੈਸੇ ਪ੍ਰਚਾਰ ਹੋ ਜਾ ਲਾਈਕ ਕਰਦੇ ਤਾਂ ਹੈ, ਪਰ ਇੰਨਾ ਕੋਈ ਉਹ ਨਹੀਂ ਨਾ ਦਿੰਦਾ, ਧਿਆਨ ਨਹੀਂ ਦਿੰਦਾ ਹੈਗਾ। ਤੁਸੀਂ ਦੇਖ ਲਓ ਨੌਜਵਾਨਾਂ ਨੂੰ ਕਿਸੇ ਨੂੰ ਪੁੱਛ ਲਿਓ ਬਈ ਪਿਛਲੇ ਸਾਲ ਕੀ ਹੋਇਆ ਸੀਗਾ, ਨਹੀਂ ਯਾਦ ਰਹਿੰਦਾ। 4 ਕੁ ਦਿਨ ਟੀਵੀ 'ਤੇ ਦਿਖਾਉਣਗੇ, ਉਹ ਤੋਂ ਬਾਅਦ ਕੋਈ ਪੁੱਛਦਾ ਹੀ ਨਹੀਂ। ਆ ਮਤਲਬ ਸਰਕਾਰਾਂ ਵੀ ਨਹੀਂ, ਉਹਨਾਂ ਨੂੰ ਚਾਹੀਦਾ ਵੀ ਇੱਕ ਅੱਧਾ ਜਿੱਦਾਂ ਸ਼ਹੀਦੀ ਡੇ ਆ ਹੈ ਨਾ, ਬਈ ਉਹਨਾਂ ਨੂੰ ਦੱਸੋ ਇੱਦਾਂ, ਅੱਜ ਦੇ ਦਿਨ ਲੈਕਚਰ ਦੇਣਾ ਚਾਹੀਦਾ ਟੀਵੀ 'ਤੇ ਦਿਖਾਉਣ ਤਾਂ ਕਿ ਪਤਾ ਲੱਗੇ। ਪਰ ਅੱਛਾ, ਤੁਹਾਨੂੰ ਲੱਗਦਾ ਵੀ ਗਾਣਿਆਂ ਦਾ ਪ੍ਰਭਾਵ ਹੈ ਸਾਡੇ ਮੁੰਡਿਆਂ ਖੁੰਡਿਆਂ 'ਤੇ ਵੀ, ਜਿੱਦਾਂ ਜੋ ਵੀ ਗਾਣੇ ਆਉਂਦੇ ਆ ਵਾਲਾ ਵੈਲੇਂਟਾਈਨ ਵਰਗੀਆਂ ਚੀਜ਼ਾਂ ਨੇ, ਇਹਨਾਂ ਨੂੰ ਪ੍ਰਮੋਟ ਕਰਦੇ ਆ ਗਾਣੇ, ਤੁਸੀਂ ਮੰਨਦੇ ਹੋ? ਕਰਦੇ ਹੀ ਆ, ਕਰਦੇ ਕਿਤੇ ਨਾ ਕਿਤੇ ਕਰਦੇ ਹੀ ਨੇ ਵੀ ਗਾਣਿਆਂ ਜ਼ਰੀਏ ਲੋਕਾਂ ਤੱਕ ਗੱਲ ਪਹੁੰਚਦੀ ਵੀ ਵੈਲੇਂਟਾਈਨ ਡੇ ਵਰਗੀ ਕੋਈ ਚੀਜ਼ ਹੁੰਦੀ ਹੈ। ਹਾਂਜੀ, ਮੇਰੇ ਹਿਸਾਬ ਨਾਲ ਤਾਂ ਜੋ ਆਪਣੇ ਮੋਮ ਸਾਡੇ ਨਾਲ ਕਰਦੇ ਉਹੀ ਸੱਚਾ ਪਿਆਰ ਹੈ, ਹੋਰ ਤਾਂ ਕੁਛ ਨਹੀਂ। ਤੁਸੀਂ ਕਿਸੇ ਹੋਰ ਨਾਲ ਕੱਲ੍ਹ ਕਿਸੇ ਨਾਲ ਵਿਆਹ ਵੀ ਕਰਾਉਂਗੇ, ਉਹ ਤਾਂ ਫਿਰ ਲੈ ਦੀ ਚੀਜ਼ ਆ ਜਾਂਦੀ ਹੈ ਨਾ ਫੀਲਿੰਗਸ, ਵਿਆਹ ਤੋਂ ਬਾਅਦ ਵੀ ਤੁਸੀਂ ਦੇਖ ਹੀ ਲੈਂਦੇ ਹੋ ਅੱਜ ਕੱਲ੍ਹ ਡਿਵੋਰਸ ਹੁੰਦੇ ਆ, ਪਿਆਰ ਤਾਂ ਜੇ ਹੋਣਾ ਤਾਂ ਹੋ ਹੀ ਜਾਣਾ, ਨਹੀਂ ਹੋਣਾ ਤਾਂ ਨਹੀਂ ਹੋਣਾ, ਗੱਲ ਖਤਮ। ਹਾਂਜੀ, ਠੀਕ ਹੈ, ਚਲੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਤੁਸੀਂ ਗੱਲਬਾਤ ਕਰੀ ਆ ਜੀ। ਸੋ ਇਹ ਸੀ ਕੁਝ ਨੌਜਵਾਨ ਜੀ ਜਿਹਨਾਂ ਨਾਲ ਅਸੀਂ ਗੱਲ ਕਰੀ ਆ ਵੈਲੇਂਟਾਈਨ ਡੇ ਦੇ ਮੌਕੇ ਦੇ ਉੱਤੇ, ਆਪਣੇ ਆਪਣੇ ਵਿਚਾਰ ਨੇ ਉਹਨਾਂ ਦੇ, ਕਈਆਂ ਦਾ ਕਹਿਣਾ ਹੈ ਕਿ ਅਸੀਂ ਫਿਲਹਾਲ ਬਹੁਤਾ ਨਹੀਂ ਜਾਣਦੇ, ਜਿੰਨਾ ਕੁ ਜਾਣਦੇ ਹਾਂ ਉਹੀ ਜਾਣਦੇ ਹਾਂ ਕਿ ਲੋਕ ਪਿਆਰ ਦਾ ਇਜ਼ਹਾਰ ਕਰਦੇ ਆ, ਪਰ ਇੱਕ ਗੱਲ ਸਭ ਨੇ ਮੰਨੀ ਹੈ ਕਿ ਪਿਆਰ ਦੇ ਇਜ਼ਹਾਰ ਦਾ ਕੋਈ ਇੱਕ ਦਿਨ ਨਹੀਂ ਹੁੰਦਾ, ਜਦੋਂ ਤੁਹਾਨੂੰ ਪਿਆਰ ਹੋਣਾ ਹੋਵੇਗਾ ਤਾਂ ਤੁਸੀਂ ਉਸਦਾ ਇਜ਼ਹਾਰ ਕਿਸੇ ਵੀ ਦਿਨ ਕਰ ਸਕਦੇ ਹੋ, ਤੁਹਾਨੂੰ 14 ਫਰਵਰੀ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੁੰਦੀ। ਅਤੇ ਫਿਲਹਾਲ ਅੱਜ ਦੇ ਪੰਜਾਬ ਬੋਲਦਾ ਚੈਨਲ
ਧੰਨਵਾਦ।